ਉਹ ਪਨੀਰ ਆਇਆ ਸੀ ਬੜਾ ਵਧੀਆ ਆਪਣੇ ਘਰ ਤੇ ਉਹ ਬੜਾ ਸਵਾਦ ਹੁੰਦਾ ਪਨੀਰ ਉਹਦਾ ਕੁਛ ਬਣਾ ਲਓ ਕੁਛ ਕੁਛ ਕੱਲ ਤੁਹਾਨੂੰ ਮੈਂ ਸੈਂਡਵਿਚ ਬਣਾ ਕੇ ਦਿੱਤੇ ਮੈਨੂੰ ਪਤਾ ਤੁਹਾਡੀ ਨੀਅਤ ਕਿੱਥੇ ਅਟਕੀ ਹੋਈ ਹੈ ਸੱਚੀ ਬੋਲੋ ਦੇਖੋ ਪਨੀਰ ਪਕੌੜੇ ਬਣਾ ਲਓ ਨਾ ਦੇਖਿਆ ਆ ਗਏ ਨਾ ਪਤਾ ਕਿਉਂ ਵੀ ਪਨੀਰ ਦੇ ਪਕੌੜੇ ਮੈਂ ਬਾਹਰੋਂ ਨਹੀਂ ਖਾਂਦਾ ਇਹ ਗੱਲ ਠੀਕ ਹੈ ਕਿਸੇ ਰੈਸਟੋਰੈਂਟ ਦੇ ਬਾਹਰ ਜਦੋਂ ਵੀ ਕਿਤੇ ਹੁੰਦਾ ਨਾ ਜੀ ਕਰਦਾ ਹੁੰਦਾ ਖਾਣ ਨੂੰ ਬੜਾ ਪਰ ਮੈਂ ਖਾਂਦਾ ਨਹੀਂ ਕਿਉਂਕਿ ਮੈਨੂੰ ਪਨੀਰ ਦੇ ਬੜਾ ਸ਼ੱਕ ਰਹਿੰਦਾ ਜਦੋਂ ਵੀ ਅਸਲੀ ਪਨੀਰ ਹੈ ਉਦੋਂ ਹੀ ਖਾਂਦਾ ਮੈਂ ਇਹ ਹੁਣ ਪਨੀਰ ਜਿਹੜਾ ਹੈ ਸੰਗਰੂਰ ਤੋਂ ਸਪੈਸ਼ਲ ਆਇਆ ਮੈਂ ਤਾਂ ਕੁਛ ਹੋਰ ਹੀ ਪ੍ਰਬੰਧ ਕੀਤਾ ਹੋਇਆ ਸੀ ਦੇਖੋ ਸੈਲਡ ਕੱਟਿਆ ਹੋਇਆ ਮੈਂ ਸੋਚਿਆ ਕੋਈ ਹੋਰ ਕੁਝ ਖਾਣੇ ਚਲੋ ਕੋਈ ਨਹੀਂ ਪਨੀਰ ਦੇ ਪਕੌੜੇ ਕਿਹੜਾ ਔਖੀ ਚੀਜ਼ ਹੈ ਵੈਸੇ ਵੀ ਖਾ ਲਾਂਗੇ ਯਾਰ ਪਨੀਰ ਦੇ ਪਕੌੜੇ ਕੋਈ ਔਖੇ ਨਹੀਂ ਹੈ ਮੇਰੇ ਕੋਲ ਤਾਂ 10 ਮਿੰਟ ਦਾ ਕੰਮ ਹੈ ਓਨਲੀ 10 ਮਿੰਟ ਚਲੋ ਫਿਰ ਬਣਾਓ ਫਿਰ ਚਲੋ ਮੈਂ ਬਣਾ ਦਿੰਦੀ ਹਾਂ ਫਿਰ ਲਿਖਣਾ ਕੀ ਹੈ ਚਲਿਏ ਫਿਰ ਅੰਦਰ ਪਰ ਤੁਹਾਨੂੰ ਵੀ ਆਉਣਾ ਪਏਗਾ ਕਰਾਰੇ ਅੱਜ ਵੀਡੀਓ ਤੁਹਾਨੂੰ ਬਣਾਉਣੀ ਪਏਗੀ ਫਿਰ ਮੈਂ ਬਣਾ ਦੂੰ ਚਿੰਤਾ ਨਾ ਕਰੋ ਚਲ ਆ ਜਾਓ ਫਿਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਤੁਹਾਡੇ ਨਾਲ ਅਸਲਾਮ ਅਲੈਕੁਮ ਵੀ ਕਿਉਂਕਿ ਇਹ ਖਾਸ ਕਰਕੇ ਅੱਜ ਮੇਰੇ ਉਹਨਾਂ ਵੀਰਾਂ ਭੈਣਾਂ ਲਈ ਵੀ ਹੈ ਜਿਨ੍ਹਾਂ ਨੇ ਰੋਜ਼ੇ ਰੱਖੇ ਹੋਏ ਨੇ ਫਰਮਾਇਸ਼ ਸੀ ਸਮੋਸੇ ਵਿਖਾਓ ਪਕੌੜੇ ਵਿਖਾਓ ਤੁਹਾਡੀ ਫਰਮਾਇਸ਼ ਅੰਕਲ ਨੇ ਪੂਰੀ ਕਰ ਦਿੱਤੀ ਹੈ ਅੰਕਲ ਕਹਿੰਦੇ ਪਕੌੜੇ ਖਾਣੇ ਆ ਲਓ ਫਿਰ ਖਾਂਦੇ ਹਾਂ ਪਕੌੜੇ ਬਣਾਉਂਦੇ ਹਾਂ ਪਕੌੜੇ ਬਹੁਤ ਕ੍ਰਿਸਪੀ ਟੇਸਟੀ ਵਿਦ ਮਾਈ ਸਟਾਈਲ ਓਨਲੀ ਥੈਂਕ ਯੂ ਲਓ ਜੀ ਆਪਾਂ ਪਨੀਰ ਲੈ ਲਿਆ ਜੇ ਪਨੀਰ ਲਿਆ ਕੋਈ ਨਹੀਂ ਹੈਗਾ ਆਇਆ ਜਿਹੜਾ ਤੁਹਾਡੇ ਅੰਕਲ ਖਾਂਦੇ ਨੇ ਪਨੀਰ ਦੇ ਪਕੌੜੇ ਸਿੰਪਲ ਵੀ ਬਣਦੇ ਨੇ ਬੜੀ ਤਰ੍ਹਾਂ ਬਣਦੇ ਨੇ ਪਰ ਆਂਟੀ ਕਿਵੇਂ ਬਣਾਉਂਦੀ ਹੈ ਪਹਿਲਾਂ ਇੱਧਰ ਕਰ ਲਓ ਅਤੇ ਆਪਾਂ ਨਾ ਵੇਸਣ ਜਿਹੜਾ ਉਹ ਘੋਲ ਲਈਏ ਦੇਖੋ ਜੀ ਅਸੀਂ 2 ਚਮਚ ਇਹ ਵਾਲੇ ਵੇਸਣ ਦੇ ਦੋ ਘੱਟ ਨੇ ਥੋੜ੍ਹਾ ਜਿਹਾ ਵੱਜੇਗਾ ਐਡੀ ਕਿਹੜੀ ਗੱਲ ਹੈ ਲਓ ਜੀ ਇਹ ਲੈ ਲਿਆ ਜੇ ਅਤੇ ਇਹ ਲੈ ਕੇ ਅਤੇ ਇਹਦੇ ਵਿੱਚ ਕੁਛ ਨਹੀਂ ਕਰਨਾ ਸਿਰਫ ਇੱਕ ਨਮਕ ਜਿਹੜਾ ਉਹ ਮਿਕਸ ਕਰਨਾ ਅਕੋਰਡਿੰਗ ਟੂ ਯੋਰ ਟੇਸਟ ਇਹਦੇ 'ਚ ਮੈਂ ਮਿਰਚ ਵੀ ਨਹੀਂ ਪਾਉਣੀ ਕੀ ਸੋਚਦੇ ਹੋ ਅਤੇ ਮਿਰਚਾਂ ਘਰ ਦੀਆਂ ਨੇ ਨਹੀਂ ਲੱਗਦੀਆਂ ਇਹ ਸਾਡੇ ਕੋਲ ਹੈਗਾ ਘਰ ਦਾ ਧਨੀਆ ਅਤੇ ਪੁਦੀਨਾ ਠੀਕ ਹੈ ਅਤੇ ਮਿਰਚਾਂ ਖੁਸ਼ਬੂ ਤਾਂ ਫਿਰ ਘਰ ਦੇ ਧਨੀਆ ਪੁਦੀਨੇ ਦੀ ਹੋਏਗੀ ਅਤੇ ਇਹਨੂੰ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਪਾ ਕੇ ਅਤੇ ਅਸੀਂ ਕੁੱਟ ਲਾਂਗੇ ਥੋੜ੍ਹਾ ਜਿਹਾ ਕਰਾਰਾ ਕਰਨ ਵਾਸਤੇ ਚਾਟ ਮਸਾਲਾ ਜਿਹੜਾ ਉਹ ਵੀ ਪਾ ਲਿਆ ਅਤੇ ਇਹ ਇੱਕ ਕੁੱਟ ਕੇ ਪੇਸਟ ਜਿਹਾ ਬਣਾ ਲਿਆ ਪੁਦੀਨਾ ਧਨੀਆ ਹਰੀ ਮਿਰਚ ਦਾ ਇਹ ਜੀ ਹੋ ਗਿਆ ਤਿਆਰ ਅਤੇ ਚੱਲਦੇ ਹਾਂ ਅੱਗੇ ਪਕੌੜਿਆਂ ਦੇ ਵਿੱਚ ਜੇ ਲਸਣ ਦਾ ਪਾਣੀ ਪਾ ਲਿਆ ਜਾਵੇ ਨਾ ਤਾਂ ਪਕੌੜੇ ਬਣਦੇ ਨੇ ਬਾ ਕਮਾਲ ਅਤੇ ਸਾਨੂੰ ਲੋੜ ਨਹੀਂ ਪੈਂਦੀ ਮਿੱਠਾ ਸੋਡਾ ਪਾਉਣ ਦੀ ਅਤੇ ਇਹ ਸਾਡੇ ਕੋਲ ਗੁਨਗੁਨਾ ਪਾਣੀ ਹੈ ਮੈਂ ਵੈਸੇ ਹਲਦੀ ਨਹੀਂ ਪਾਈ ਜੇ ਪਾਉਣਾ ਚਾਹੋ ਤਾਂ ਹਲਦੀ ਪਾ ਸਕਦੇ ਦੱਸੋ ਜੀ ਤੁਸੀਂ ਦੱਸੋ ਪਾਈਏ ਕਿ ਨਹੀਂ ਪਿਆ ਅੱਜ ਅੰਕਲ ਬਣਾ ਰਹੇ ਵੀਡੀਓ ਹਾਂਜੀ ਥੋੜ੍ਹੀ ਜਿਹੀ ਪਾ ਹੀ ਲਓ ਹਲਦੀ ਮੂਲ ਹੀ ਜਾਵੇ ਤੁਹਾਡਾ ਤਾਂ ਨਾ ਹਰ ਚੀਜ਼ ਜਿਹੜੀ ਹੈ ਨਾ ਕੱਪ ਟੇਢਾ ਰਹਿੰਦਾ ਪਾ ਹੀ ਲਓ ਪਾ ਦਿੰਦੇ ਹਾਂ ਜੇ ਕਹਿੰਦੇ ਹੋ ਤਾਂ ਫਿਰ ਹਟ ਜਾਵੇ ਕੋਈ ਨਹੀਂ ਪਾ ਲਓ ਅਸੀਂ ਹਲਦੀ ਵੀ ਪਾਤੀ ਅਤੇ ਹੁਣ ਕੋਈ ਵੀ ਪਕੌੜੇ ਬਣਾਉਣੇ ਹੋਣ ਤਾਂ ਸਭ ਤੋਂ ਜ਼ਰੂਰੀ ਹੈ ਇਹਨੂੰ ਫੈਂਟਣਾ ਜਿੰਨਾ ਫੈਂਟੋਗੇ ਉਹਨਾਂ ਪਕੌੜਾ ਹਲਦੀ ਦਾ ਦੂਰਾ ਨਾ ਹਲਦੀ ਦਾ ਦੂਰਾ ਇੱਕ ਤਾਂ ਵੈਸੇ ਥੋੜ੍ਹਾ ਜਿਹਾ ਰੰਗ ਆ ਗਿਆ ਇਹ ਐਂਟੀਬਾਇਓਟਿਕ ਵੀ ਹੁੰਦੀ ਹੈ ਨਾ ਉਹ ਤਾਂ ਗੱਲ ਤੁਹਾਡੀ ਠੀਕ ਕੋਈ ਵੀ ਬੈਟਰ ਬਣਾਉਣਾ ਉਹਨੂੰ ਤੁਸੀਂ ਇੱਦਾਂ ਕਰਕੇ ਫੈਂਟਣਾ ਇੱਦਾਂ ਹੱਥ ਨਾਲ ਫੈਂਟੋ ਜਾਂ ਇਹਦੇ ਨਾਲ ਫੈਂਟੋ ਅੰਡੇ ਫੈਂਟੀ ਬਿਲਕੁਲ ਉਹੀ ਚਾਹੀਦਾ ਹੁੰਦਾ ਅਤੇ ਇਹਦੇ 'ਚ ਵਾਲੀਅਮ ਜਿਹੜਾ ਉਹ ਬਣਨਾ ਚਾਹੀਦਾ ਜਿਹੜੇ ਬਬਲਸ ਹੈ ਉਹ ਬਣ ਜਾਏ ਮੈਂ ਮਿੱਠਾ ਸੋਡਾ ਨਹੀਂ ਪਾਇਆ ਇਹ ਸਿਰਫ ਇਹਦੇ ਨਾਲ ਹੀ ਜਿਹੜਾ ਟੇਸਟ ਇਹਦਾ ਬਾ ਕਮਾਲ ਹੋ ਜਾਣਾ ਹੈ ਲਸਣ ਦੇ ਪਾਣੀ ਨਾਲ ਇੱਦਾਂ ਇੱਦਾਂ ਕਰਕੇ ਮੈਂ ਫੈਂਟ ਲੈਣਾ ਅਤੇ ਪਕੌੜੇ ਵੀ ਦੇਖਦੇ ਹਾਂ ਕਿਹੋ ਜਿਹੇ ਬੰਦੇ ਅੰਕਲ ਨੂੰ ਪਨੀਰ ਅਸੀਂ ਲੈ ਲਿਆ ਜੇ ਤੁਸੀਂ ਸਿੰਪਲ ਪਕੌੜੇ ਬਣਾਉਣੇ ਹੋ ਨਾ ਥੋੜ੍ਹਾ ਜਿਹਾ ਇਹਦੇ 'ਤੇ ਨਮਕ ਮਿਰਚ ਛਿੜਕ ਸਕਦੇ ਹੋ
लेकिन असी बनाने ने थोड़े जे डबल वाले भरे हुए ते उदे वास्ते। अच्छा डबल बनाने? हाँ जी, ए ना असी ए जड़ी बनाई है ना पुदीने ते। अच्छा, तुसी की समझा है? मैं सोचा ये कि मैं सोचा ओदे विचों ही गुनना कदे ओ मतलब ओदे विचों मिक्स कर। वाहगुरु वाहगुरु वाहे गुरु जी का। ते सिंगल सिंगल भी बन जांदे है ना कल्ले? यार बनते दुनिया ते विच सारी चीज जांदी है। पर तेरा स्टाइल जे ना आंटी दा स्टाइल वखरा ही है ना। आंटी ने की करना है? आंटी ने कुछ नहीं करना, जो करना है पनीर ने करना है, जो करना है धनिया पुदीने ने करना है। आंटी बेचारी ने की करना है? देखो जी ये विच ये तो दोपड़ा वाली रोटियां वाली गल बन गई। लै नहीं गल पे करते ने ते ये विच इदा ला लो ना, फिर तुहानू ओहदे विच ना फिक्का पन नहीं लगेगा, करारेपन दा जड़ा है ना वो स्वाद आएगा। विच मर्च भी है, धनिया भी है, थोड़ा जा उपरों भी करारा ते विचों भी करारा। जी सर, डबल है ना? जी सर, इदा करके ना ये जिन्हें ये पाने हैं ओना दे विच ला के रख लो। जदों असी भरांगे ना दो दो पीस दे विच ते इहदी शकल इहो जी हो जाएगी। ठीक है, दो दो पीस दे विच भर के असी सारे रख ले ने, इक्को जो होने चाहिए पीस, ये तो तुहानू पता ही है। ते इधर मैं ये कर लिया की गरम डालडा की गगन दा अजकल वरत रहा वो की जड़ा वो गर्म कर लिया, पर इनू तेज़ गर्म विच नहीं पाना, थोड़ा जि गर्म करके फिर असी इनू आहिस्ता कर देना है। ठीक है जी, तो ये जड़ा हैगा जे ना साड़ा बेसन, इनू ना बहुत ज़्यादा गाढ़ा नहीं करना चाहिए, नहीं तो ना उत्ते बेसन ही बेसन बेसन ही बेसन दिसदा। ठीक है ना, असी बिल्कुल मैं जड़ी उपर चढ़ाउणी है वो हल्की होनी चाहिए। हाँ, मैं एक जड़ी है ना ये बिना परे वाला पा के वेख लैनी आ भी ये साडा तेल गर्म हो गया कि नहीं। हो गया जी, क्या बात है जी, हो गया। हुण असी इहदे विच आहिस्ता ही है, सुंदर लहरां निकल रही। हाँ, आपको तो बहुत कुछ पता है, यहीं दिखाओ जी। लो जी, इहदे विच वारी वारी करके असी पकौड़े जिहड़े है उह पाई जांदे आ। लो देखो जी, बेसन घुलिया होया, जो मर्जी बना सकते हो, पकौड़े ब्रैड के बनाओ, कोई होर बनाओ, किमें भी बनाओ। बहुत सानू याद है एक बार लुधियाने गए सी असी, सानू किसी कहा सी रस्ते विचों पनीर के पकौड़े बड़े वधिया मिलते हैं, कोई हट जी सी ते पर मैनू नहीं सी सवाद लगे, पता नहीं मैंने कख भी नहीं सवाद। मिर्चा भी इतने भर के बनाने है ना? भर के भी बना सकते हैं बिना भरे भी। ये जड़िया ने मैं बस एक होर पा दिया ताकि जरा कोरम जरा वो पूरा हो जाए। ठीक है, गया एक और है फुल पूरा। ये जड़िया साड़ियाँ असलिंगनियाँ बाहर निकल आई हैं ना, वो मैं इहदा इतराज़ नहीं करती हुंदी, क्योंकि ना जे आपां गाढ़ा करते हाँ तो फिर बेसन ही बेसन हो जाता। कोई नहीं, इन्हां नूं कढ के असी बाहर रख देने। ठीक है, ये इदा करके हुण असी परता देंगे सारे परता दिया। सारे पकौड़े हो रहे ने लाल, हलवाई की करते ने वो इन्ने कच्चे कढ के ना बजे रख लेंगे ने, फिर दोबारा रीफ्राई जो भी शाम नू वेचते ना तो रीफ्राई करते ने। लेकिन ओहो, ये पता क्यों होया जे आ लसन दे पानी नाल? अच्छा अच्छा। पर इहदा स्वाद आना है ते जेड़े लोग नॉन वेज खांदे ने ये भी कई जो बाहर कट के फिर कट के फिर थोड़े दब के ओदे नाल नहीं, ओ एदी लोड़ नहीं, एदी लोड़ मैं कह रही हां हलवाई करदे ने पर ओ घी विच वड़ जांदे ने, इहनू असी अच्छी तरह ब्राउन करके कढ़ लैंदे हां। ये पकौड़े हो गए ने तैयार ते असी इहनू कढ़ांगे एक प्लेट दे विच ते फिर जावांगे मैं जिथे कहा सी अंकल नू। लो ये सारे पकौड़े असी कढ़ के बन गए ने जी। पकौड़े रखिए अपनी सोहनी जी ट्रे विच ते लै चलिए बाहर, दईए तुहाडे अंकल नूं की कहिंदे ने परोस के। सही क्या, सही क्या। लो जी लै, हुण होर जरूरी पाने ने जे नहीं आउंदे ते। ये बन गए ने साडे पनीर वाले पकौड़े।
ਬਜੇ ਆ ਗਈ ਤੁਹਾਡੀ ਫਰਮਾਇਸ਼ ਐਤਵਾਰ ਦਾ ਦਿਨ ਤੇ ਪਕੌੜਿਆਂ ਦਾ ਟਾਈਮ ਡਾਕਟਰ ਜਾਨ ਪਤਾ ਨਹੀਂ ਕਿੱਥੇ ਡਾਕਟਰ ਨਹੀਂ ਆਈ ਡਾਕਟਰਾਂ ਦੀ ਕੋਈ ਬਹੁਤੀ ਗੱਲ ਨਹੀਂ ਮੰਨਣੀ ਚਾਹੀਦੀ ਡਾਕਟਰਾਂ ਦੀ ਵੀ ਮੰਨੀ ਹੈ ਸਾਰਿਆਂ ਦੀ ਮੰਨੀ ਹੈ ਆਪਣੇ ਮਨ ਦੀ ਵੀ ਮੰਨੀ ਦੀ ਹੈ ਹਾਂ ਮਨ ਦੀ ਮੰਨੀ ਪੈਟ ਦੀ ਮੰਨੀ ਅੰਕਲ ਨੂੰ ਚਾਹੀਦੇ ਨੇ ਤੇ ਮੌਸਮ ਦੀ ਵੀ ਮੰਨੀ ਦੀ ਹੈ ਦੇਖੋ ਜੀ ਚਾਟ ਮਸਾਲਾ ਅਸੀਂ ਵਿੱਚ ਪਾਇਆ ਜੇ ਉੱਤੇ ਤੋਂ ਲੋੜ ਹੋਏਗੀ ਨਾ ਤੇ ਫਿਰ ਲਿਆ ਕੇ ਜਨ ਦੇ ਜਾਂਗੇ ਠੀਕ ਹੈ ਨਾਲ ਬਾਈ ਚਾਂਸੀ ਮੈਂ ਹੁਣ ਨਹੀਂ ਬਣਾਈ ਬਾਈ ਚਾਂਸੀ ਬਣੀ ਹੋਈ ਕੱਲ ਦੀ ਚਟਨੀ ਹੈਗੀ ਹੈ ਤੇ ਲਓ ਜੀ ਪੁਦੀਨਾ ਧਨੀਆ ਹਰੀ ਚਟਨੀ ਨਾਲ ਵੀ ਬੜੇ ਸਵਾਦ ਆਉਂਦਾ ਜੇ ਪਰ ਅਸੀਂ ਜੋ ਵੀ ਖਾਂਦੇ ਹਾਂ ਨਾ ਅਸੀਂ ਨਾ ਨਿਊਟਰਲਾਈਜ਼ ਕਰ ਲੈਂਦੇ ਹਾਂ ਦਿਖਾਓ ਜੀ ਦਿਖਾਓ ਦੋ ਪਰਤਾਂ ਜਿਹੜੀਆਂ ਬਣਾਈਆਂ ਕਿੰਨੀਆਂ ਇਹ ਤਾਂ ਦੇਖਦੇ ਖਾ ਕੇ ਦੇਖੋ ਜੀ ਨਿਊਟਰਲਾਈਜ਼ ਅਸੀਂ ਕਿੱਦਾਂ ਕਰਦੇ ਹਾਂ ਬਲਜੀ ਮੈਂ ਹਰ ਚੀਜ਼ ਨੂੰ ਕੋਸ਼ਿਸ਼ ਕਰਦੀ ਹਾਂ ਤਲਿਆ ਹੋਇਆ ਖਾਇਆ ਇੱਕ ਡੰਗ ਤੇ ਦੂਜੇ ਡੰਗ ਆਪਾਂ ਬੋਇਲਡ ਖਾ ਲਈਏ ਸਟੀਮਡ ਖਾ ਲਈਏ ਜਿਵੇਂ ਹੁਣ ਇਹਦੇ ਪਕੌੜਿਆਂ ਨਾਲ ਕੌਣ ਖਾਂਦਾ ਹੈ ਸਲਾਦ ਪਰ ਅੰਕਲ ਖਾਂਦੇ ਆ ਤਰਾ ਮਜ਼ਾ ਆ ਗਿਆ ਪਰ ਨਾਲ ਚਾਹ ਪੀਣੀ ਆ ਚਾਹ ਬਣ ਗਈ ਤੇ ਦੇਖ ਲਓ ਵਿੱਚ ਚਟਨੀ ਹੈ ਉੱਪਰ ਵੇਸਣ ਦੀਆਂ ਮੋਟੀਆਂ ਪਰਤਾਂ ਨਹੀਂ ਹੈਗੀਆਂ ਪਕੌੜਿਆਂ ਦੇ ਵਿੱਚ ਇਹ ਹੀ ਚਾਹੀਦਾ ਹਲਦੀ ਵਾਲਾ ਫਾਰਮੂਲਾ ਵੀ ਠੀਕ ਆ ਥੋੜਾ ਜਿਹਾ ਹਲਦੀ ਪਾ ਦੇਣਾ ਹੁਣ ਮੈਂ ਕਦੇ ਕਦੇ ਨਾਟ ਆਲ ਬਹੁਤ ਜ਼ਿਆਦਾ ਨਹੀਂ ਪਾਉਣੀ ਮੈਂ ਪੋਟ ਪੀਲੇ ਹੁੰਦੇ ਪੀਲੇ ਤਾਂ ਹੁਣ ਵੀ ਹੋ ਗਏ ਨੇ ਇਹਨੇ ਠੀਕ ਆ ਓਕੇ ਜੋ ਤੁਹਾਨੂੰ ਠੀਕ ਹੈ ਜੋ ਤੁਹਾਨੂੰ ਮਨਜ਼ੂਰ ਹੈ ਸਰ ਮੈਂ ਵੀ ਟੇਸਟ ਮਾਸਟਰ ਹਾਂ ਬਿਲਕੁਲ ਟੇਸਟ ਮਾਸਟਰ ਹਾਂ ਹਾਂ ਲਓ ਜੀ ਮਜ਼ਾ ਆ ਰਿਹਾ ਪਨੀਰ ਪਕੌੜੇ ਕਰਦੇ ਪਨੀਰ ਕਰਦਾ ਨਾਲੇ ਜਿਹੜਾ ਖਾਸ ਪਨੀਰ ਬਾਹਰੋਂ ਪਨੀਰ ਪਕੌੜੇ ਖਾਂਦਾ ਨਹੀਂ ਪਹਿਲਾਂ ਹੀ ਦੱਸ ਚੁੱਕਿਆ ਅਤੇ ਅੰਤੀ ਦੇ ਬਣੇ ਤ੍ਰਿਪਤਾ ਦੇ ਬਣੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਾਂਟੇ ਨਾਲ ਨਹੀਂ ਚਮਚੇ ਨਾਲ ਖਾ ਰਿਹਾ ਜਾਣ ਕੇ ਕਿਉਂਕਿ ਕਾਂਟੇ ਨਾਲ ਖਾਂਦੇ ਚਮਚੇ ਨਾਲ ਖਾ ਰਿਹਾ ਚਾਹ ਪੀਣੀ ਹੈ ਫਿਰ ਨਾਲ ਥੋੜ੍ਹਾ ਸੈਲਡ ਵੀ ਕੱਟਿਆ ਹੋਇਆ ਜਲ ਖਾ ਲੈਂਦਾ ਚਟਨੀ ਮਿਰਚ ਵਾਲੇ ਮੇਰੇ ਮਨਪਸੰਦ ਦਾ ਕੰਮ ਕੀਤਾ ਹੋਰ ਮੈਨੂੰ ਦਿਸ ਗਈਆਂ ਮਿਰਚਾਂ ਮੋਟੀਆਂ ਮੋਟੀਆਂ ਜਿਹੜੀਆਂ ਅੱਜ ਕੱਲ੍ਹ ਆ ਗਈਆਂ ਨੇ ਬਹੁਤੀਆਂ ਕੌੜੀਆਂ ਨਹੀਂ ਹੈਗੀਆਂ ਮੈਂ ਕਿਹਾ ਬਣਾ ਦਿੰਦੀ ਹਾਂ ਹੈਨਾ ਲਓ ਜੀ ਫਿਰ ਇਹ ਵੀ ਖਾਓ ਦੇਖੋ ਮੈਨੂੰ ਤਾਂ ਆਪ ਇਹ ਬਹੁਤ ਹੀ ਬਹੁਤ ਅੱਛਾ ਇਹ ਨਾ ਹੋਵੇ ਮੂੰਹ ਸਾੜ ਲਵੋ ਕਿਤੇ ਪਰ ਪਨੀਰ ਮੈਨੂੰ ਅਲਾਓ ਕੀਤਾ ਬਿਕੋਜ਼ ਪ੍ਰੋਟੀਨ ਪ੍ਰੋਡਕਟ ਜਿੰਨੇ ਵੀ ਨੇ ਪ੍ਰੋਟੀਨ ਡਾਈਟ ਮੈਂ ਖਾ ਸਕਦੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਚਾਹ ਤੇ ਪਕੌੜੇ ਇੰਜੋਏ ਕਰ ਰਹੇ ਹਾਂ ਚਾਹ ਆਈ ਨਹੀਂ ਹੈ ਨਾ ਉਹ ਮੈਂ ਪੌਣ ਆਈ ਹਾਂ ਆ ਰਹੀ ਹੈ ਅਤੇ ਤੁਹਾਡਾ ਤੁਸੀਂ ਵੀ ਸੰਡੇ ਨੂੰ ਕਰੋ ਇੰਜੋਏ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਆਂਟੀ ਨੂੰ ਇੰਤਜ਼ਾਰ ਰਹਿੰਦਾ ਤੁਹਾਡੇ ਸਭ ਕਮੈਂਟਸ ਦਾ ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਵੀ ਜਵਾਬ ਦਿੱਤੇ ਜਾਣ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ